ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹੁ। ਕੀ ਹਾਲ ਚਾਲ ਰਾਜਸਥਾਨ ਦੀ ਉਮੀਦ ਅਗਰ ਤੁਸੀਂ ਖੈਰ ਕਰੇ ਹੋਵੋਗੇ, ਅਸੀਂ ਵੀ ਠੀਕ ਠਾਕ। ਮੇਰੇ ਕੋਲ ਹੈ ਮੈਂ ਕੱਦੂ ਦਾ ਰਾਇਤਾ ਮੈਂ ਬਣਾਉਣ ਲੱਗੀ ਅਤੇ ਇਹਦੇ ਵਿੱਚ ਮੈਂ ਨਾ ਇੱਕ ਛੋਟਾ ਜਿਹਾ ਕੱਦੂ ਲਿਆ ਕੇ ਮੇਰੇ ਕੋਲ ਪਾਈ, ਇੱਕ ਪਾਏ ਦਹੀਆਂ ਸੀ, ਦਹੀਂ ਸੀ ਅਤੇ ਇਹਦੇ ਵਿੱਚ ਹੁਣ ਮੈਂ ਇੱਕ ਛੋਟਾ ਜਿਹਾ ਕੱਦੂ ਕੱਦੂ ਵਾਸ਼ ਕਰਕੇ ਅਤੇ ਇਹਨੂੰ ਸਾਫ਼ ਕਰਕੇ ਠੰਡਾ ਕਰ ਲਿਆ ਵਾ, ਬਾਹਰ ਕੱਢ ਲਿਆ, ਕੱਢ ਕੇ ਹੁਣ ਮੈਂ ਇਹਦੇ ਵਿੱਚ ਪਾਉਂਗੀ। ਸਭ ਤੋਂ ਪਹਿਲਾਂ ਪਾਉਂਗੀ ਕੱਦੂ, ਇਹਦੇ ਵਿੱਚ ਮੈਂ ਪਾਉਂਗੀ ਆਲੂ, ਪਿਆਜ਼, ਟਮਾਟਰ, ਸਬਜ਼ ਮਿਰਚਾਂ, ਕਾਲੀ ਮਿਰਚ ਅਤੇ ਪੀਸੀ ਮੈਂ ਪਾਊਡਰ ਬਣਾਇਆ ਅਤੇ ਜ਼ੀਰਾ ਅਤੇ ਆਹ ਚਟਨੀ ਬਣਾਈ ਆ ਸਬਜ਼ ਮਿਰਚਾਂ ਅਤੇ ਲਸਣ ਦੀ। ਕਿਉਂਕਿ ਗਰਮੀ ਗੁਰਮੀ ਦੇ ਕੱਦੂ ਦਾ ਜ਼ਾਇਕਾ ਲਿਆ ਤਾਂ ਵੈਸੇ ਵੀ ਮਜ਼ੇਦਾਰ ਬਹੁਤ ਬਣਦਾ, ਟੇਸਟੀ ਅਤੇ ਇੰਨਾ ਬਹੁਤ ਕਿ ਤਾਂ ਠੰਡਾ ਕਰਨ, ਵੈਸੇ ਠੰਡਾ ਵੀ ਹੁੰਦਾ ਵਾ ਗਰਮੀ ਦੇ ਵਿੱਚ ਅਤੇ ਖਾਣਾ ਚਾਹੀਦਾ ਮਸਾਲੇ। ਇਹਦੇ ਵਿੱਚ ਮੈਂ ਹੁਣ ਪਾਉਂਗੀ ਆਹ ਵਾਲਾ ਚੂਰਨ ਮਸਾਲਾ, ਮਿਕਸ ਕਰਕੇ ਹੁਣ ਮੈਂ ਰੱਖ ਲਿਆ ਸੀ ਦਾਲ ਵਿੱਚ ਨੂੰ ਕਿਹੜਾ ਬਾਕੀ ਬਾਕੀ ਬਚਿਆ ਹੋਇਆ ਇਹਦੇ ਵਿੱਚ ਪਾਉਂਗੀ। ਮੈਂ ਹੁਣ ਥੋੜ੍ਹਾ ਜਿਹਾ ਦਹੀਂ ਵਾਸਤੇ ਰੱਖ ਲਿਆ, ਟਮਾਟਰ, ਪਿਆਜ਼, ਸਬਜ਼ ਮਿਰਚਾਂ, ਕੱਦੂ ਦਾ ਰਾਇਤਾ ਬਣ ਗਿਆ। ਹੁਣ ਕੱਦੂ ਦੇ ਰਾਇਤੇ ਨੂੰ ਪਸੰਦ ਕਰੋ, ਸ਼ੇਅਰ ਕਰੋ, ਸਾਡੀ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਮਿਹਰਬਾਨੀ ਹੋਵੇਗੀ, ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ ਫਿਰ ਮੁਲਾਕਾਤ ਕਰਾਂਗੇ, ਕੱਲ੍ਹ ਤੱਕ ਲਈ ਇਜਾਜ਼ਤ ਦੀਜੀਏ, ਅੱਲਾਹ ਹਾਫਿਜ਼। ਕੇਸ ਪੈਂਟ ਨੂੰ ਪਸੰਦ ਹੋਵੇ ਜਾਂ ਕੱਦੂ ਦਾ ਰਾਇਤਾ ਕਮੈਂਟ ਤੋਂ ਜ਼ਰੂਰ ਸਾਨੂੰ ਦੱਸਣਾ, ਕਿਉਂਕਿ ਅਸੀਂ ਤੁਹਾਡੀ ਕਮੈਂਟ 'ਤੇ ਲਾਈਕ ਕੀਤੇ ਦੇ ਜ਼ਰਾ ਹੋਰ ਅੱਛੀ ਜ਼ਿਆਦਾ ਵੀਡੀਓ ਅਸੀਂ ਬਣਾ ਸਕੀਏ। ਤੁਹਾਨੂੰ ਨਵੀਂ ਵੀਡੀਓ ਨਾਲ ਫਿਰ ਮੁਲਾਕਾਤ ਕਰਾਂਗੇ, ਅੱਲਾਹ ਹਾਫਿਜ਼। ਠਹਿਰ ਜਾ ਤੈਨੂੰ ਮੈਂ ਫੁੱਲ ਤੋੜਵਾਉਂਦੇ ਹਾਂ।